ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਸ਼ਰਾਬ ਦੇ ਠੇਕੇਦਾਰਾਂ ਸਮੇਤ ਐਕਸਾਈਜ਼ ਵਿਭਾਗ ਦੀ ਟੀਮ ਜਦੋਂ ਰੇਡ ਕਰਨ ਪਹੁੰਚੀ ਤਾਂ ਪਿੰਡ ਵਾਲਿਆਂ ਨੇ ਪੂਰੀ ਟੀਮ ਨੂੰ ਭਾਜਣਾ ਪਵਾ ਦਿੱਤੀਆਂ ਤੇ ਟੀਮ ਨੂੰ ਵਾਪਸ ਮੁੜਨਾ ਪਿਆ। ਦਰਅਸਲ ਮਾਮਲਾ ਪਿੰਡ ਗੱਟੀ ਮੱਤੜ ਦਾ ਹੈ, ਜਿੱਥੇ ਕਿ ਐਕਸਾਈਜ਼ ਵਿਭਾਗ ਦੀ ਟੀਮ ਸ਼ਰਾਬ ਦੇ ਠੇਕੇਦਾਰਾਂ ਦੇ ਨਾਲ ਇੱਕ ਘਰ ਦੇ ਵਿੱਚ ਛਾਪੇਮਾਰੀ ਕਰਨ ਪਹੁੰਚਦੀ ਹੈ, ਪਰ ਇਸੇ ਦੌਰਾਨ ਪੂਰਾ ਪਿੰਡ ਉੱਥੇ ਇਕੱਠਾ ਹੋ ਜਾਂਦਾ ਹੈ। ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਪੁਲਿਸ ਪ੍ਰਸ਼ਾਸਨ ਕੰਧਾਂ ਟੱਪ ਕੇ ਘਰ ਦੇ ਵਿੱਚ ਦਾਖਲ ਹੋਇਆ, ਜਦਕਿ ਘਰ ਦੇ ਵਿੱਚ ਕੋਈ ਵੀ ਵਿਅਕਤੀ ਨਹੀਂ ਸੀ, ਸਿਰਫ ਔਰਤਾਂ ਸਨ। ਇਸੇ ਦੌਰਾਨ ਪਿੰਡ ਵਾਲਿਆਂ ਨੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਘੇਰਾ ਪਾ ਲਿਆ ਤਾਂ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੁਲਾਇਆ ਗਿਆ। ਹਾਲਾਂਕਿ ਮੌਕੇ ਦੇ ਉੱਤੇ ਮਾਮਲਾ ਠੰਡਾ ਹੋਇਆ, ਪਰ ਪਿੰਡ ਵਾਸੀਆਂ ਦਾ ਗੁੱਸਾ ਜਿਹੜਾ ਹੈ ਪ੍ਰਸ਼ਾਸਨ ਦੇ ਖਿਲਾਫ ਵੀ ਹੈ ਤੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਵੀ ਪਿੰਡ ਵਾਲਿਆਂ ਨੇ ਕਿਵੇਂ ਪਿੱਛੇ ਮੋੜਿਆ, ਆਓ ਤੁਹਾਨੂੰ ਤਸਵੀਰਾਂ ਜ਼ਰੀਏ ਵਿਖਾਉਂਦੇ ਹਾਂ। ਇਹ ਜਨਾਬ ਨਾ ਮੈਂ ਚੱਲਿਆ ਖੇਤਰ ਪੱਠੇ ਵੱਢਣ ਅਤੇ ਪੁਲਿਸ ਆਈ ਅਤੇ ਅੰਦਰ ਨਾ 25 ਦੀ ਮੁਲਾਜ਼ਮ ਸੁੱਚਾ ਸਿੰਘ ਦੇ ਘਰ ਬੜੇ ਬੈਠੇ ਨੇ ਅਤੇ ਇਹ ਜਿਹੜੇ ਬੜੇ ਬੈਠੇ ਨੇ ਇਹ ਹੱਥੋਂ ਪਏ ਹੋਏ ਨੇ। ਇਹ ਮੁੰਡੇ ਨੇ ਆਖਿਆ ਵੀ ਸਾਡੇ ਬੰਦੇ ਕੋਈ ਨਹੀਂ, ਤੂੰ ਨੰਬਰਦਾਰ ਲਿਆ, ਸਰਪੰਚ ਲਿਆ, ਕੋਈ ਹੋਰ ਮੋਹਤਬਰ ਬੰਦਾ ਲਿਆ, ਤਲਾਸ਼ੀ ਫਿਰ ਲਏ ਘਰੇ, ਇਕੱਲੀ ਕੁੜੀ ਮਟਿਆਰੇ ਇੱਕ ਸੁੱਚਾ ਸਿੰਘ ਦੇ ਘਰ ਦੀ ਏ। ਜਾਂ ਇਹ ਮੁੰਡਾ ਰੋਕਣ ਲੱਗਾ, ਉਹਨੇ ਨਾ ਠੇਕੇਦਾਰ ਦਾ ਕਰਿੰਦਾ ਜੀ, ਉਹਨੇ ਮਾਰਿਆ ਜਾਂਦਾ ਇਸ ਤਰ੍ਹਾਂ ਵੀ ਆ ਪੁੱਠਾ ਮਾਮਲਾ ਜੀ। ਮੈਨੂੰ ਤਾਂ ਇੱਥੋਂ ਮੇਰੇ ਬੱਚੇ ਨੇ ਦੱਸਿਆ ਜੀ ਬਾਹਰ ਨਾ ਪੁਲਿਸ ਦੀਆਂ ਗੱਡੀਆਂ ਆਈਆਂ, ਜੋ ਕਿ ਮੇਰੇ ਚਾਚਾ ਜੀ ਦੇ ਸਕੇ ਲੜਕੇ ਆ। ਮੈਂ ਉੱਧਰੋਂ ਆਇਆ ਜੀ, ਮੈਂ ਇਹਨਾਂ ਨੂੰ ਮੁਲਾਜ਼ਮ ਪੁੱਛਿਆ ਜੀ, ਹਾਂਜੀ ਕਿਸ ਤਰ੍ਹਾਂ, ਕਹਿੰਦੇ ਜੀ ਅਸੀਂ ਤਲਾਸ਼ੀ ਲੈਣੀ ਆ। ਮੈਂ ਇਹਨਾਂ ਨੂੰ ਇਹ ਕਿਹਾ ਜੀ ਤੁਸੀਂ ਤਲਾਸ਼ੀ ਲੈਣੀ, ਕੋਈ ਨੰਬਰਦਾਰ ਜਾਂ ਸਰਪੰਚ ਪਿੰਡ ਦਾ ਮੈਂਬਰ ਆਏ ਨਹੀਂ ਜੀ, ਤੁਸੀਂ ਬੁਲਾਉਣਾ ਗਾ, ਤੁਸੀਂ ਤਲਾਸ਼ੀ ਲੈਣੀ ਆ, ਤੁਸੀਂ ਲੈ ਕੇ ਆਉਣਾ, ਠੀਕ ਆ ਜੀ। ਇੰਨੀ ਗੱਲ ਹੋਈ, ਚਲੋ ਮੈਂ ਇਹਦਾ ਫੋਨ ਲੈਣ ਘਰੋਂ ਗਿਆ, ਚਲਾ ਸਾਡੀ ਬੇਟੀ ਅੰਦਰ ਇਕੱਲੀ ਬੈਠੀ ਸੀ, ਠੀਕ ਆ ਜੀ। ਇਹਨਾਂ ਦੇ ਜਿਹੜੇ ਮੁਲਾਜ਼ਮ ਬਾਹਰ ਖੜ੍ਹੇ ਆ, ਜਿਹਨਾਂ ਦੇ ਇਹਨਾਂ ਨਾਲ ਘੱਟੋ ਘੱਟ ਇਹਨਾਂ ਦੇ ਨਾਲ 15 ਗੁੰਡੇ ਆਏ ਜੀ, ਜਿਹੜੇ ਭੱਜ ਕੇ ਸਾਡੇ ਅੰਦਰ ਚਵੜ ਗਏ ਆ। ਠੇਕੇਦਾਰ ਹੈਗੇ ਕਿੱਥੋਂ? ਠੀਕ ਆ, ਇਹ ਠੇਕੇਦਾਰ ਦਾ ਸਾਨੂੰ ਨਹੀਂ ਪਤਾ ਜੀ, ਨਾ ਉਹਨਾਂ ਦਾ ਪ੍ਰੂਫ ਕਾਇਆ ਸੀ ਸਾਡਾ, ਅਸੀਂ ਕਿੱਥੋਂ ਦੇ ਆ, ਨਾ ਸਾਨੂੰ ਦੱਸਿਆ ਵੀ ਸਾਡਾ ਕਿੰਨੇ ਜਣੇ ਸੀ ਨਾਲ, ਇਹ ਕਮ ਸੇ ਕਮ 15 ਜਣੇ ਸੀ ਪੁਲਿਸ ਤੋਂ ਬਿਨਾਂ ਬਿਨਾਂ ਜੀ। ਕਿਵੇਂ ਲੰਘ ਕੇ? ਪੰਜ ਗੱਡੀਆਂ ਤੇ ਆਏ ਜੀ। ਕਿਵੇਂ ਲੰਘ ਕੇ? ਕਿਵੇਂ ਆਏ? ਪਰ ਉਹ ਮੰਨ ਕੇ ਚਲੋ ਬਾਹਰੋਂ ਗੇਟ ਵੱਜਿਆ ਸੀ ਸਾਡਾ, ਗੇਟ ਖੋਲ ਗਏ, ਠੀਕ ਹੈ ਜੀ, ਕਹਿੰਦੇ ਟੰਮੇ ਗੇਟ ਖੋਲ ਗਏ, ਤਕਰੀਬਨ 15 ਜਣੇ ਸੀ ਉਹ ਜੀ। ਅਸੀਂ ਦੋਵੇਂ ਭਰਾ ਘਰੇ ਹੈ ਨਹੀਂਗੇ, ਠੀਕ ਆ ਜੀ। ਇਹ ਠੇਕੇਦਾਰ ਆਏ ਨੇ ਨਾਲ ਮੁਲਾਜ਼ਮ, ਸਾਡੇ ਕੰਧਾਂ ਟੱਪ ਕੇ ਘਰੇ ਗਿਆ ਜੀ। ਘਰੇ ਜਾ ਕੇ ਇਹਨਾਂ ਨੇ ਜਨਾਨੀਆਂ ਘਰੇ ਇਕੱਲੀਆਂ ਨੇ ਅੰਦਰ ਵੜ ਕੇ ਦਾਦਾ ਆਹ ਸ਼ਾ ਕੱਢ ਆਹ ਕੱਢਦਾ, ਪੀਪੀਆਂ ਕੱਢ ਲਈਆਂ, ਇੱਕ ਸਗਲਾ ਪਿਆ ਸੀ ਸਾਡਾ, ਉਹ ਚੱਕ ਕੇ ਉੱਤੇ ਬੱਠਲ ਬਾਹਰ ਪਏ ਹੁੰਦੇ ਆ, ਉਹ ਰੱਖ ਕੇ ਵੀਡੀਓ ਬਣਾਉਣ ਲੱਗ ਗਏ ਜੀ। ਸਮਾਨ ਸਾਡਾ ਸਾਰਾ ਖਿਲਾਰਤਾ ਅੰਦਰ ਇਹਨਾਂ ਜੀ, ਠੀਕ ਆ ਜੀ। ਇਹਨਾਂ ਨੇ ਚੱਕ ਕੇ ਸਾਡੇ ਪਿੰਡ ਵਾਲੇ ਭੱਜੇ ਭੁੱਜੇ ਆ ਵੀ ਸਾਰੇ ਆਏ ਆ, ਇਹਨਾਂ ਆਣ ਕੇ ਵੇਖਿਆ ਵੀ ਆਹ ਕੀਤੀ ਆਉਂਦੇ ਆ, ਫਿਰ ਇਹ ਉਹਨਾਂ ਨੇ ਠੇਕੇਦਾਰ ਨਾਲ ਮਾੜੀ ਮੋੜ ਫੈਬਾਜ਼ੀ ਹੋਈ, ਮਾੜੀ ਜੀ ਖੈਬਾਜ਼ੀ ਹੋਈ ਆ। ਮੁਲਾਜ਼ਮਾਂ ਨੂੰ ਕਿਸੇ ਨੂੰ ਕੁਛ ਨਹੀਂ ਹੋਇਆ, ਕੋਈ ਬੋਲਿਆ ਨਹੀਂ। ਕਿੰਨੇ ਜਣੇ ਹੈਗੇ ਸੀਗੇ ਤੇ ਕਿਵੇਂ ਲੰਘ ਕੇ ਆਏ ਨੇ? ਗੱਡੀਆਂ ਜੀ ਇਹਨਾਂ ਦੀਆਂ 5 ਸੀ, 5 ਗੱਡੀਆਂ, ਇਹ ਹੋਣਗੇ 25-30 ਜਣੇ ਹੋਣਗੇ ਜੀ। ਕਿਵੇਂ ਲੰਘੇ ਨੇ ਅੰਦਰ? ਕੰਧ ਟੱਪੇ ਆ ਜੀ। ਘਰ 'ਚ ਬੰਦੇ ਹੈਗੇ ਸੀਗੇ? ਬਿਲਕੁਲ ਨਹੀਂ, ਅਸੀਂ ਦੋਵੇਂ ਭਰਾ ਹੈ ਨਹੀਂ ਗੇ। ਕੌਣ ਕੌਣ ਸੀ ਘਰ? ਘਰ ਜੀ ਇਕੱਲੀਆਂ ਸਾਡੀਆਂ ਜਨਾਨੀਆਂ ਸੀ। ਕੋਈ ਨਹੀਂ, ਬੱਚੇ ਸਾਡੇ ਘਰ ਨਹੀਂ ਸੀ, ਤੂੜੀ ਤੰਦ ਦਾ ਟਾਈਮ ਸੀ, ਬਾਹਰ ਗਏ ਨੇ ਇਹ ਆਣ ਕੇ ਅੰਦਰ ਵੜ ਗਏ, ਕੰਧਾਂ ਟੱਪ ਕੇ ਆਏ ਨੇ, ਤਲਾਸ਼ੀ ਸ਼ੁਰੂ ਕਰ ਦਿੱਤੀ ਹੈ, ਅੰਦਰਾਂ ਕੁੰਡੀਆਂ ਨਾਪ ਲਾਈਆਂ ਨੇ, ਧੱਕੇ ਮਾਰ ਕੇ ਇਹ ਜ਼ਬਰਦਸਤ ਅੰਦਰ ਵੜੇ ਨੇ। ਇਹ ਕਾਹਦੀ ਤਲਾਸ਼ੀ ਕਿਉਂ ਲਈ ਨੇ? ਇਹ ਆਉਂਦੇ ਸੀ ਇਹਨਾਂ ਕੋਈ ਸ਼ਰਾਬ ਹੈ, ਸ਼ਰਾਬ ਸਾਡੀ ਫੜੀਚੀ ਹੈ, ਇਹਨਾਂ ਕੋਈ ਦੱਸਣ ਇਹਨਾਂ ਸਾਡੀ ਸ਼ਰਾਬ ਫੜੀ ਹੈ, ਜੇ ਸ਼ਰਾਬ ਸਾਡੀ ਫੜੀ ਹੈ ਮੌਕੇ 'ਤੇ ਸਾਨੂੰ ਇੱਥੇ ਵਿਖਾ ਕੇ ਫਿਰ ਜਾਣ। ਫਿਲਹਾਲ ਮੌਕੇ ਦੇ ਉੱਤੇ ਪਹੁੰਚੇ ਥਾਣਾ ਲੱਖੋ ਕੇ ਬਹਿਰਾਮ ਦੇ ASI ਦੇ ਵੱਲੋਂ ਦੋਵੇਂ ਧਿਰਾਂ ਵਿਚਾਲੇ ਹੋਏ ਵਿਵਾਦ ਨੂੰ ਸ਼ਾਂਤ ਕਰਵਾਇਆ ਗਿਆ ਤੇ ਸਥਿਤੀ ਨੂੰ ਸੁਧਾਰਨ ਵੀ ਕਰਵਾਇਆ ਗਿਆ। ਸ਼ਰਾਬ ਦੀ ਰੇਡ ਵਾਸਤੇ ਆਏ ਸੀ ਤੇ ਉਸ ਕਰਕੇ ਥੋੜ੍ਹਾ ਬਹੁਤਾ ਜਿਹੜਾ ਹੱਥੋਂ ਪਾਈ ਹੋਈ ਆ। ਪਿੰਡ ਵਾਲਿਆਂ ਦਾ ਜਾਂ ਘਰ ਵਾਲਿਆਂ ਦਾ ਕਹਿਣਾ ਕਿ ਘਰ ਦੇ ਵਿੱਚ ਕੋਈ ਵੀ ਮੈਂਬਰ ਨਹੀਂ ਸੀ, ਨਾਲ ਹੀ ਜਿਹੜੀ ਟੀਮ ਆਈ ਨਾਲ ਕੋਈ ਨੰਬਰਦਾਰ ਪੰਚਾਇਤ ਮੈਂਬਰ ਆਦਿ ਨਹੀਂ ਲਿਆ? ਨਹੀਂ ਜੀ, ਆਂਢੀ ਗੁਆਂਢੀ ਸੀਗੇ ਉੱਥੇ ਮੌਜੂਦਾ ਮੌਕੇ ਤੇ ਜਦੋਂ ਅਸੀਂ ਸ਼ਰਾਬ ਦੀ ਲਗਾਤਾਰ ਤੁਸੀਂ ਤਸਕਰੀ ਦੀ ਜਾਂ ਜੋ ਕੋਈ ਤੁਹਾਨੂੰ ਮੁਖਬਰੀ ਆਉਂਦੀ ਹੈ ਉਹਦੀ ਤੁਸੀਂ ਨਿਗਾਹ ਰੱਖਣੀ ਹੈ। ਇਸ ਕਰਕੇ ਸਰਕਾਰ ਦੀਆਂ ਹਦਾਇਤਾਂ ਤੇ ਹੀ ਅਸੀਂ ਇੱਥੇ ਆਏ ਸੀ। ਇਹ ਵੀ ਇਲਜ਼ਾਮ ਲਾਏ ਜਾ ਰਹੇ ਨੇ ਕੰਧਾਂ ਟੱਪ ਕੇ ਆਏ ਨੇ 20-25 ਜਣੇ ਨੇ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ, ਕੋਈ ਕੰਧ ਨਹੀਂ ਟੱਪੀ ਜੀ, ਗੇਟ ਥੱਲੋਂ ਹੈ। ਹਾਂਜੀ, ਮੁਲਾਜ਼ਮ ਸਾਹਿਬ ਕੋਲ ਆ, ਮੈਂ ਇਹਨਾਂ ਨੂੰ ਆਉਂਦਿਆਂ ਪੁੱਛਿਆ ਜੀ ਮੂੰਹ ਤੇ ਗੱਲ, ਮੈਂ ਕੋਈ ਨੰਬਰਦਾਰ ਕੋਈ ਸਰਪੰਚ? ਇਹਨਾਂ ਕਹਿ ਜੀ ਨਹੀਂ, ਠੀਕ ਆ ਜੀ। ਇਹ ਬਾਹਰ ਖੜੇ ਆ, ਪਰ ਇਹਨਾਂ ਦੇ ਜਿਹੜੇ ਉਹ ਨਾਲ ਸੀ ਜਿਹੜੇ ਗੁੰਡੇ ਇਹਨਾਂ ਦੇ ਜੀ, ਬੰਦਾ ਕੋਈ ਵੀ ਨਹੀਂ ਪਿੰਡ ਦਾ, ਬੰਦਾ ਮੌਕੇ ਤੇ ਕੋਈ ਵੀ ਨਹੀਂ ਨਾਲ ਜਿਹੜੇ ਉਹਨਾਂ ਵੱਲੋਂ ਇਲਜ਼ਾਮ ਲਾਏ? ਨਹੀਂ ਜੀ, ਪਿੰਡ ਵਾਲੇ ਨਾਲ ਆਂਢੀ ਗੁਆਂਢੀ ਸੀਗੇ, ਕਿਹੜਾ ਬੰਦਾ ਨਾਲ ਹੋ ਗਿਆ? ਇਹ ਵੀ ਨਾਲ ਸੀ, ਤੁਸੀਂ ਵੀ ਨਾਲ ਸੀ? ਨਹੀਂ ਲੜਾਈ ਛਡਾਉਣਾ? ਨਹੀਂ ਨਹੀਂ, ਮੌਕੇ ਤੇ
ਅਸੀਂ ਛਡਾਉਣ ਆਏ ਜੀ। ਐਸਐਚਓ ਸਾਹਿਬ ਤੁਸੀਂ ਸੌਂ ਖਾ ਕੇ ਆਂਦੇ ਜੇ ਵੀ ਪਿੰਡ ਦਾ ਪੰਚਾਇਤੀ ਬੰਦਾ ਕੋਈ ਨਾਲ ਹੈਗਾ ਸੀ ਕਮਰੇ 'ਚ ਵੜਿਆ। ਪੰਚਾਇਤੀ ਬੰਦਾ ਨਹੀਂ ਮੈਂ ਕਹਿ ਰਿਹਾ, ਆਂਢੀ ਗੁਆਂਢੀ ਦਾ ਬੁਲਾਇਆ ਨਾ ਸੀ। ਆਂਢੀ ਗੁਆਂਢੀ ਕੇ ਛਡਾਉਣ ਆਏ ਆ। ਆਂਢੀ ਗੁਆਂਢੀ ਇਹ ਸੁਣੋ ਜੀ, ਕੋਈ ਹੈਗਾ ਤਾਂ ਦੱਸੋ। ਕੋਈ ਮੁਖਬਰੀ ਦਾ ਤੁਸੀਂ ਬਾਈ ਮਾਰੀ ਅਸੀਂ ਇਹ ਗੱਲ ਕਹੀਏ ਪਹਿਲਾਂ ਵੀ ਕਹਿੰਦੇ ਨਾਲੇ ਮਾਲਕ ਕਰਿਆ ਨਹੀਂ ਅਸੀਂ ਨਹੀਂ ਆਉਣਾ। ਮੁਖਬਰੀ ਦਾ ਮੁਲਾਜ਼ਮ ਨੇ ਪਹਿਲੇ ਭਾਂਡੇ ਚੁੱਕ ਚੁੱਕ ਲਿਆਉਂਦਾ ਰਿਹਾ, ਕੋਈ ਸ਼ਾਇਦ ਨਹੀਂ ਵਿੱਚੋਂ ਤੁਹਾਡੇ ਮੁਲਾਜ਼ਮ ਨੇ ਤਿੰਨਾਂ ਬੰਦਿਆਂ ਨੂੰ ਬਾਈ ਮਾਰੀ ਬਤਾਏ। ਮੁਖਬਰੀ ਤੇ ਤਾਂ ਸਾਨੂੰ ਆਉਣਾ ਪੈਂਦਾ ਜੀ। ਦੇਖੋ ਬਰਾਮਦਗੀ ਵੀ ਹੋਈ ਹੈ। ਹਾਂਜੀ ਥੋੜੀ ਬਹੁਤੀ ਸ਼ਰਾਬ ਮਿਲੀ ਹੈ ਜੀ। ਕਿੰਨੀ ਹੈ ਜੀ? ਕੋਈ ਹੋਣੀ ਆ ਦੋ ਤਿੰਨ ਪੈਸਿਆਂ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।